ਧਰਤੀ ਤੇ ਸਤਿਗੁਰੂ ਦਾ ਆਤਮਾ ਇਸ ਤਰ੍ਹਾਂ ਦਾ ਹੁੰਦਾ ਹੈ। ਸਤਿਗੁਰਾਂ ਨੂੰ ਲੋਕੀ ਗਾਲਾਂ ਕੱਢਣ, ਅਸੀਂ ਮਨੋਂ ਛੱਡਦੇ ਨਹੀਂ ਇੱਕ ਦੂਜੇ ਨਾਲ। ਜਿਹੜਾ ਦਿਲੋਂ ਈਰਖਾ ਨਹੀਂ ਨਾ ਛੱਡਦਾ, ਆਖ ਨਹੀਂ ਕਹਿੰਦਾ ਚੰਗਾ ਜੀ ਮੇਰੀ ਤੁਹਾਡੇ ਨਾਲ ਬਣ ਗਈ ਹੁਣ ਛੱਡ ਦਿੱਤੀ। ਜਿਹੜਾ ਨਹੀਂ ਛੱਡਦਾ ਦਿਲੋਂ ਗੁਣਾਂ ਦੇ ਸਾਹਮਣੇ ਆ ਕੇ ਗੁਰੂ ਕਾ ਚਾਰ ਹੋਇਆ ਕਰ। ਪਰ ਕਿੰਨਾ ਵੀ ਗੁਨਾਹਗਾਰ ਹੋਏ, ਕਿੰਨੇ ਵੀ ਗੁਨਾਹ ਕੀਤੇ ਹੋਣ, ਸਾਹ ਸੁਣੀ ਜਦੋਂ ਸਤਿਗੁਰਾਂ ਦੇ ਦਰਬਾਰ ਵਿੱਚ ਸਿੱਖ ਆ ਕੇ ਗਗ ਫਲਾ ਪਾ ਕੇ ਖਲੋ ਜਾਂਦਾ, ਫਿਰ ਸਤਿਗੁਰੂ ਆਉਂਦੇ ਨੇ ਮੇਰੇ ਕੋਈ ਚਾਰਾ ਨਹੀਂ, ਮੈਂ ਹੁਣ ਕਿੱਧਰ ਨਿਕਲ। ਬਖਸ਼ ਦੇ ਦੇਵੇ, ਕਿਉਂ ਵੱਡੀ ਗੱਲ ਹੈ ਸਤਿਗੁਰਾਂ ਦੇ ਦਰਬਾਰ ਵਿੱਚ।